ਛੱਟਾ 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 ਛੱਟ ਟਾਰੋ ਟਾਰੋ ਟੈਨੂੰ ਉਹ 4-4 ਫੁੱਟੇ ਸਾਡੇ 6-6 ਫੁੱਟੇ ਜਵਾਨ ਸਾਡੀ ਡਾਂਗ ਵਾਜ ਕੇ 4 ਬੰਦੇ ਡਿੱਗਦੇ ਨੇ ਇਹ ਤਾਂ ਸ਼ੁਕਰ ਕਰੋ ਕੋਈ ਫੜ ਕੇ ਨਹੀਂ ਲੈ ਜਾਂਦੇ ਇੱਥੇ ਨਹੀਂ ਤਾਂ ਇੱਥੇ ਕਨਕਾਂ ਵਡਨੀਆਂ ਪੈਂਦੀਆਂ ਟਾਰੋ 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 ਇਹ ਮੁਰਤੇ ਨਾ ਆਉਣ ਜੇਂਡਕੇ ਵਿੱਚ ਸਾਡਾ 4 ਲੱਖ ਟੌਕਸ ਦੇ ਐਨ ਨਾਈਟ ਲੜਾਈ ਲੱਗਿਆ ਜੀ ਉਹ ਫਿਰ ਹਰ 2 ਸਾਲਾਂ ਬਾਅਦ ਰਿਪਲੇਸ ਹੁੰਦਾ ਜੀ ਸਾਡੀ ਸਾਰੀ ਫੌਜੀ ਟ੍ਰੇਨਡ ਹੈ ਵੀ ਆਰ ਦਾ ਬੈਸਟ ਐਂਡ ਵੈਲ ਟ੍ਰੇਨਡ ਆਰਮੀ ਇਨ ਦਾ ਵਰਲਡ ਅਸੀਂ 15 ਦਿਨ ਦੇ ਵਿੱਚ ਵਿੱਚ ਤੇ ਬਤ ਕੈਪਚਰ ਕਰਦੇ ਹਾਂ ਤੁਸੀਂ 500 ਜਹਾਜ਼ ਹੋਰ ਲਿਆ ਛੱਟਾ ਛੱਟਾ ਛੱਟੋ ਇਹ ਅਸੀਂ ਹੀਰੋ ਬਣੇ ਫਿਰਦੇ ਨੇ 2.5 2.5 ਫੁੱਟ ਦੇ ਬੰਦੇ ਕੀ ਚਿਰ ਮੈਂ ਲੈਸਨ ਵਾਂਸ ਫਾਰ ਐਨ ਆਲ ਆਨ ਦੀ ਆਨਰੇਥਾ ਓਏ ਮੱਗ ਜਾਓ ਮੱਗਾ ਥੋੜਾ ਜਾ ਵੀ ਆਗੇ ਵਕੇ ਤੱਕ ਕੋਈ ਹਿੰਦੂਸਤਾਨੀ ਨੂੰ ਕਿਸੇ ਨੂੰ ਡਰਨ ਦੀ ਜੂਰਤੀਆਂ ਨਾਲ ਤੁਹਾਡੀ ਫੌਜ ਜਿਹੜੀ ਹੈ ਨਾ ਬਹੁਤ ਸਟਰੋਂਗ ਹੈ ਇਹਨਾਂ ਨੂੰ ਕੱਚਾਂ ਚ ਲੈ ਕੇ ਮਾਰ ਦੇ ਮੈਂ ਸੀ ਉੱਥੇ ਚੈਨਾ ਬਾਰਡਰ ਤੇ 1970 ਦੇ ਵਿੱਚ ਸਭ ਤੋਂ ਫਾਰਵਰਡ ਵੋਟ ਮੇਰੀ ਪਿਕੜ ਸੀਗੀ ਸੋ ਅਸੀਂ ਤਾਂ ਇੰਨੇ ਤਗੜੇ ਸੀ ਵੀ ਇਹਨਾਂ ਨੂੰ ਇਹਨਾਂ ਨੂੰ ਗੋਲੀ ਕੀ ਮਾਰਨੀ ਤਾਂ ਕੋਸਨ ਨਾਲ ਹੀ ਮਾਰ ਦਾਂਗੇ ਤੇ ਹੁਣ ਇਹ ਇਧਰ ਪਤਾ ਨਹੀਂ ਕਿਉਂ ਪੰਗਾ ਲੈ ਰਹੇ ਨੇ ਤੇ ਲੈ ਲੈਣ ਇੱਥੇ ਵੀ ਤਾਂ ਐ ਹੀ ਕੁੱਟ ਪਈ ਹੈ ਜਿਵੇਂ ਉੱਥੇ ਪਈ ਸੀ ਇਹਨਾਂ ਨੂੰ ਜਗਬਾਣੀ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ ਚੀਨੀ ਫੌਜ ਨੇ ਇੱਕ ਵਾਰ ਫਿਰ ਸਿਰ ਚੁੱਕਿਆ ਭਾਰਤ ਦੇ ਖਿਲਾਫ ਦੇ ਕੋਸਪੈਟ ਕਰਨ ਦੀ ਕੋਸ਼ਿਸ਼ ਕੀਤੀ ਹੈ ਵੱਡੀ ਤਾਦਾਦ ਦੇ ਵਿੱਚ ਚੀਨੀ ਫੌਜ ਨੇ ਭਾਰਤ ਦੇ ਵਿੱਚ ਐਂਟਰ ਕਰਨ ਦੀ ਕੋਸ਼ਿਸ਼ ਕੀਤੀ ਜਿਸ ਦਾ ਮੂੰਹ ਤੋੜ ਜਵਾਬ ਭਾਰਤੀ ਫੌਜਾਂ ਨੇ ਦਿੱਤਾ ਮਨਸੂਬਾ ਕੀ ਸੀ ਇਸ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ ਕੀ ਕੁਝ ਅਪਣਾਇਆ ਜਾ ਸਕਦਾ ਹੈ ਭਾਰਤ ਸਰਕਾਰ ਤੇ ਵੱਲੋਂ ਇਹਨਾਂ ਵਿਸ਼ਿਆਂ ਤੇ ਚਰਚਾ ਕਰਾਂਗੇ ਸਾਡੇ ਨਾਲ ਮੌਜੂਦ ਨੇ ਸਾਬਕਾ ਕੈਪਟਨ ਚੰਨਣ ਸਿੰਘ ਸਿੱਧੂ ਜੋ ਕਿ ਇਸ ਪੂਰੇ ਮਸਲੇ ਤੇ ਗੱਲਬਾਤ ਕਰਨਗੇ ਸਰ ਸਵਾਗਤ ਹੈ ਜੀ ਤੁਹਾਡੇ ਸਾਰੇ ਜਗਵੰਨ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੇਗ ਰੂਜੀ ਦਾ ਖਾਲਸਾ ਵੇਗ ਰੂਜੀ ਦੀ ਫਤਿਹ ਸਰ ਵੱਡੀ ਕੁਸਪੈਟ ਜਿਹੜੀ ਹੈਗੀ ਹੈ ਚੀਨੀ ਫੌਜ ਦੇ ਵੱਲੋਂ ਭਾਰਤ ਤੇ ਦੇ ਵਿੱਚ ਕੀਤੀ ਜਾਂਦੀ ਹੈ 9 9 ਦਸੰਬਰ ਦੀ ਇਹ ਗੱਲ ਹੈ ਘਟਨਾ ਹੈਗੀ ਹੈ ਕੀ ਮੰਸੂਬਾ ਸਮਝ ਦਿਓ ਹੋ ਸਕਦਾ ਹੈ ਚੀਨ ਦਾ ਇਸ ਪੂਰੇ ਮਾਮਲੇ ਨੂੰ ਲੈ ਕੇ ਅ ਜਿਹੜੀ ਇਹ 9 ਤਰੀਕ ਦੀ ਘਟਨਾ ਘਟਨਾਵਾਂ ਤਾਂ ਹਰ ਮਹੀਨੇ तकरीबन तकरीबन ਉਹ ਕਰਦੇ ਹੀ ਰਹਿੰਦੇ ਆ ਹਮ ਲੇਕਿਨ ਇਹ ਜਿਹੜੀ ਇਨਫਿਲਟ੍ਰੇਸ਼ਨ ਹੋਈ ਹੈ ਇਹ ਲਾਰਜ ਸਕੇਲ ਤੇ ਹੋਈ ਹੈ ਇਹ ਕੋਈ ਪਟ્રોલ ਦਾ ਆਪਸੇ ਝਗੜਾ ਨਹੀਂ ਹੈਗਾ ਜੀ ਕਿ ਪਟ્રોલ ਆਈ ਤੇ ਸਾਡੀ ਪਟ્રોલ ਗਈ ਤੇ ਉਹਨਾਂ ਦਾ ਝਗੜਾ ਹੋ ਗਿਆ ਹਮ ਇਹ ਤਾਂ ਵੈਲ ਪਲਾਨਡ ਸਟਰੈਟਜੀ ਦੇ ਮੁਤਾਬਕ ਦੇ ਟ੍ਰਾਈ ਟੂ ਇੰਰੂਡ ਤੇ ਵਾਗ ਦੇ ਵਿੱਚ ਹਾਈਐਸਟ ਜਿਹੜਾ ਏਰੀਆ ਉਹ ਸਾਡੇ ਪਿਕਟ ਸਾਡੀ ਹੈ ਹੂੰ ਉਹ ਸਾਡੇ ਡਾਊਨ ਬਲੋ ਬੈਠੇ ਨੇ ਵੇਅਰ ਵੀ ਕੈਨ ਵਾਚ ਥੈਮ ਐਂਡ ਵੀ ਕੈਨ ਸੀ एवरीथिंग ਵੀ ਕੈਨ ਸੀ ਮੂਵਮੈਂਟਸ ਫਾਰ ਮਾਈਲਸ ਟੂ ਮਾਈਲਸ ਜੀ ਔਰ ਇਹ ਬੜਾ ਇੰਪੋਰਟੈਂਟ ਏਰੀਆ ਤਵਾੰਗ ਤੇ ਉਦੋਂ ਵੀ ਲੜਾਈ ਹੋਈ ਸੀ 62 ਦੇ ਵਿੱਚ ਵੀ ਤਵਾੰਗ ਤੇ ਲੜਾਈ ਹੋਈ ਸੀ ਅਸੀਂ ਤਵਾੰਗ ਤੇ ਜ਼ਬਰਦਸਤ ਲੜਾਈ ਹੋਈ ਸੀ ਅਸੀਂ ਕਬਜ਼ਾ ਕੀਤਾ ਸੀ ਤਵਾੰਗ ਤੇ ਪਰ ਪੈਟਰੋਲਿੰਗ ਦੇ ਵਿੱਚ ਘੱਟ ਤੋਂ ਘੱਟ ਜਾਂ ਮੈਕਸਿਮਮ ਕਿੰਨੇ ਬੰਦੇ ਹੋ ਸਕਦੇ ਬਹੁਤ ਵਾਰ ਇੱਕ ਪਲਟੂਨ ਹੁੰਦੀ ਹੈ ਜੀ 27 28 ਬੰਦੇ ਜੀ ਘੱਟ ਤੋਂ ਘੱਟ 12 13 ਹੁੰਦੇ ਆ ਹੂੰ ਤੇ ਇਹ 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 ਪੈਟਰੋਲਿੰਗ ਹੁੰਦੀ ਹੈ ਜੀ ਲੇਕਿਨ 300 ਹੂੰ ਉਹ ਤੁਸੀਂ ਇਨਫਿਲਟ੍ਰੇਟ ਕਰਕੇ ਤੇ ਉੱਥੇ ਤੁਸੀਂ ਮਤਲਬ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਇੱਕ ਕਿਸੇ ਪਾਰਟ ਆਫ ਹਾਈਰ ਦੇ ਉੱਤੇ ਆ ਕੇ ਕਬਜ਼ਾ ਜਮਾ ਕੇ ਤੇ ਆਪਦੀ ਪੱਕੀ ਪਿਕਟ ਬਣਾ ਕੇ ਬਹਿ ਜਾਣ so that they can watch our area also ਜੀ ਕਿਉਂਕਿ ਉਧਰੋਂ ਫਿਰ ਸਾਡੇ ਏਰੀਆ ਤੇ ਵੀ ਉਹ ਡੋਮਿਨੇਟ ਕਰਦੇ ਨੇ ਜੀ ਲੇਕਿਨ ਇਹ ਜਿਹੜੀ ਸੀਗੀ ਇਹ ਮਿਰਕਲ ਜਿਹੜੀ ਸੀਗੀ ਇਹਨਾਂ ਦੀ ਮੂਵਮੈਂਟ ਇਹ ਮੂਵਮੈਂਟ ਲੀਕ ਆਊਟ ਹੋ ਚੁੱਕੀ ਸੀ ਕਿਉਂਕਿ ਹਾਈਟ ਤੇ ਅਸੀਂ ਬੈਠੇ ਹਾਂ ਹੂੰ ਉਹ ਸਾਡੀ ਆਰਮੀ ਵਾਸ ਫੁੱਲੀ ਪ੍ਰਿਪੇਅਰਡ ਜੀ ਐਂਡ ਮੂਮੈਂਟ ਦੇ ਕੇਮ ਐਂਡ ਦੇ ਵਰ ਚੈਲੈਂਜਡ ਜੀ ਤੋਂ ਨੋਰਮਲ ਇਹ ਹੁੰਦਾ ਕਿ ਤੁਸੀਂ ਗੱਲਬਾਤ ਕਰਦੇ ਜੇ ਧੱਕਾ ਮੁੱਕੀ ਹੁੰਦਾ ਤੁਸੀਂ ਵਾਪਸ ਚਲੇ ਜਾਂਦੇ ਜੇ ਕਿਉਂਕਿ ਤੁਸੀਂ ਆਪਣਾ ਏਰੀਆ ਦੱਸਦੇ ਪਰ ਇਹ ਤਾਂ ਏਰੀਆ 'ਚ ਸਾਡੀ ਪਿਕਟ ਲੱਗੀ ਹੋਈ ਹੈ ਮੇਰੇ ਖਿਆਲ ਦੇ ਵਿੱਚ ਉਹ 17000 ਫੁੱਟ ਉੱਚੀ ਚੜ੍ਹਾਈ ਕਰਕੇ ਆਏ ਨੇ 17000 ਫੁੱਟ 'ਤੇ ਸਾਡੀ ਪਿਕਟ ਹੈ ਉੱਚੀ ਹੈ ਜਿਹੜੀ ਜੀ ਬਾਕੀ ਤਾਂ ਨੀਵੇਂ ਹੀ ਹੈ 17000 ਆਏ ਦਾ ਹੈ ਨਾ ਉਹ ਕ੍ਰੋਸ ਕਰਾਸ ਕੀਤਾ ਇਹਨੂੰ ਏਰੀਆ ਹੂੰ ਜਦੋਂ ਇਨਫਿਲਟ੍ਰੇਟ ਕੀਤਾ ਹੈ ਤਾਂ ਉਹ ਸਾਡੀ ਪਿਕਟ ਦੇ ਲੈਫਟ ਸਾਈਡ 'ਤੇ ਕੀਤਾ ਜਾਂ ਰਾਈਟ ਸਾਈਡ 'ਤੇ ਕੀਤਾ ਜੀ لیکن ਉਹ انہاں دی موومنٹ واچ اوت ہو چکی سی وہ سارے انفنٹریشن جڑی سی انہاں دی وہ کیپچر ہو چکی سی اور ਸਾਡੀ ਆਰਮੀ واز ਵੈਲ ਪ੍ਰਿਪੇਅਰ ਟੂ ਕਾਉਂਟਰ देम ਜੀ تو ਜਦੋਂ ਤੁਹਾਨੂੰ ਕਾਉਂਟਰ ਕੀਤਾ ਤੁਸੀਂ ਠੀਕ ਹੈ ਤੁਸੀਂ ਆਪਣਾ ਕਿਆ ਵੀ ਪੈਟ੍ਰੋਲੀ ਕੀਤੀ ਤੁਸੀਂ ਵਾਪਸ ਚਲੇ ਜਾਓ ਦੇ ਅਪਲਾਈਡ ਦਾ ਸੇਮ ਟੈਕਟਿਸ ਜਿਹੜੀ ਗਲਵਾਨ ਵੈਲੀ ਚ ਉਹਨਾਂ ਨੇ ਅਪਲਾਈ ਕੀਤੀ ਡੰਡਿਆਂ ਨੂੰ ਤਾਰਾਂ ਲਾ ਕੇ ਆਏ ਬਿਜਲੀ ਦੇ ਉਲਾ ਕੇ ਆਏ ਕੀ ਕੀ ਲਾ ਕੇ ਆਏ ਵੀ ਉਹ ਸੇਮ ਸੀਨ ਅਸੀਂ ਕ੍ਰੀਏਟ ਕਰਾਂਗੇ ਜੋ ਗਲਵਾਨ ਚ ਹੋਇਆ ਸੀ ਜੀ ਔਰ ਇਹਨੂੰ ਇੱਕ ਡਿਸਪਿਊਟ ਏਰੀਆ ਡਿਸਪਿਊਟਡ ਏਰੀਆ ਡਿਕਲੇਅਰ ਕਰਾਂਗੇ ਕਿ ਕੋਈ ਪੈਟਰੋਲਿੰਗ ਨਹੀਂ ਹੋਈ ਇਹ ਤਾਂ ਡਿਸਪਿਊਟਡ ਏਰੀਆ ਤੇ ਲੜਾਈ ਹੋਈ ਹੈ ਹੂੰ ਸਾਡਾ ਏਰੀਆ ਹੈ ਲੇਕਿਨ ਅਗੋ ਅਸੀਂ ਆਲਰੇਡੀ 2-3 ਦਫਾ ਧੱਕੇ ਖਾ ਚੁੱਕੇ ਸੀ ਜੀ ਔਰ ਸਾਡੀ ਫੌਜ ਜਿਹੜੀ ਵੈਲ ਪ੍ਰਿਪੇਅਰਡ ਸੀ ਤੇ ਉਹਨਾਂ ਨੇ ਚੰਗਾ ਕੋਟਾਪਾ ਚੜਾ ਕੇ ਭੇਜਿਆ ਇਹ ਕਿਹੜੀ ਕਿਹੜੀ ਰੈਜiment ਸਰ ਉਹਦੇ ਵਿੱਚ ਸੀਗੇ ਉਹਦੇ ਵਿੱਚ ਮੇਰੇ ਖਿਆਲ ਇਹ ਜੇਕੇ ਜੇਕੇ ਜੇ ਜੇਐਨਕੇ ਸੀਗੀ ਜੀ ਔਰ ਜਾਟ ਰੈਜiment ਸੀਗੀ ਤੇ ਸਿੱਖ ਲਾਈ ਜੀ ਸੇਕ ਲਾਈਵ ਆਪਣੇ ਸਿਕਾਹਦੀ ਰੈਜਮੈਂਟ ਸੀ ਜੀ ਤੇ ਤਿੰਨ ਰੈਜਮੈਂਟਾਂ ਸਨ ਗਿਆ ਮਤਲਬ ਤਿੰਨ ਬਟੈਲੀਅਨ ਦਾ ਉੱਥੇ ਹੋਣਾ ਇੱਕ ਬਹੁਤ ਵੱਡੀ ਗੱਲ ਹੈ ਹਮ ਕਿੱਥੇ ਕਿੱਥੇ ਤਾਂ ਹਾਫ ਬਟੈਲੀਅਨ ਆ ਰਹੀ ਹੈ ਜੀ ਦੋ ਤਿੰਨ ਕੰਪਨੀਆਂ ਆ ਰਹੀਆਂ ਕਿੱਥੇ ਅੱਗੇ ਤਿੰਨ ਬਟੈਲੀਅਨ ਮੌਜੂਦ ਨੇ ਜੀ ਤੋਂ ਇਹਦਾ ਮਤਲਬ ਕੀ ਹੋਇਆ ਕਿ ਇਹ ਸਟ੍ਰੈਟੇਜੀ ਜਿਹੜੀ ਸੀ ਇਹ ਉਹਨਾਂ ਦੀ ਲੀਕ ਹੋਟ ਹੋ ਚੁੱਕੀ ਸੀ ਅਸੀਂ ਉਹਨਾਂ ਦੀ ਆਲਰੇਡੀ ਵੇਟ ਕਰ ਰਹੇ ਸੀ ਵੀਵਰ ਵੈਲ ਪ੍ਰਪੇਅਰਡ ਜੀ ਔਰ ਉਹਨਾਂ ਨੂੰ ਚੰਗਾ ਕੁਟਾਪਾ ਚੜਾ ਕੇ ਭੇਜਿਆ ਕਿ ਅੱਗੇ ਅੱਗੇ ਦਵਾਓਗੇ ਤੇ ਫਿਰ ਸੋਈ ਬੁਰਾ ਆਏਗਾ ਸਰ ਇਹ ਅਧਿਕਾਰ ਕੀ ਹੁੰ ਇਸ ਤਰ੍ਹਾਂ ਦੀ ਕੋਸਪੈਟ ਹੁੰਦੀ ਆ ਭਾਰਤ ਸਰਕਾਰ ਜਾਂ ਹੋਰ ਕੀ ਜੇ ਆਪਾਂ ਦੇਖਿਆ ਜਾਵੇ ਵੱਡੇ ਲੈਵਲ ਤੇ ਅਧਿਕਾਰੀਆਂ ਦੇ ਵੱਲੋਂ ਕੀ ਨਿਰਣਾ ਲਿਆ ਗਿਆ ਕਿ ਵੀ ਜੇਕਰ ਕੋਸਪੈਟ ਹੁੰਦੀ ਹੈ ਤਾਂ ਕਿਸ ਲੈਵਲ ਤੱਕ ਦੁਸ਼ਮਣ ਨੂੰ ਖਦੇੜਨ ਦੇ ਲਈ ਕਿਸ ਕਿਸ ਹੱਦ ਤੱਕ ਅਟੈਕ ਕਰਨਾ ਜਾਂ ਕੀ ਜਿਹੜੇ ਸਟੈਪ ਹੈਗੇ ਚੱਕੇ ਜਾ ਸਕਦੇ ਨੇ ਕਿ ਗੋਲੀ ਵੀ ਚਲਾਈ ਜਾ ਸਕਦੀ ਹੈ ਦੇਖੋ 93 ਦੇ ਵਿੱਚ ਕੋਈ ਇਹਨਾਂ ਦਾ ਸਮਝੌਤਾ ਹੈ ਜਿੰਦੇ ਚ ਵਰਕਆਊਟ ਕੀਤਾ ਗਿਆ ਹੈ ਕੀ 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 ਆਪਾਂ ਸਟੈਪ ਲੈਣੇ ਆ ਕਿਵੇਂ ਕਿਵੇਂ ਨੂੰ ਜੇ ਵੀ ਕੋਈ ਡਿਸਪਿਊਟ ਹੁੰਦਾ ਹੈ ਕਿ ਗੋਲੀ ਨਹੀਂ ਕੋਈ ਪਾਰਟੀ ਵੀ ਚਲਾਏਗੀ ਜੇ ਕੋਈ ਡਿਸਪਿਊਟ ਹੁੰਦਾ ਹੈ ਤੇ ਉੱਥੇ ਓਨ ਦਾ ਬੈਕ ਦੋ ਕਲ ਕਮਾਂਡਰ ਜਿਹੜੇ ਨੇ ਉਹ ਫਲੈਗ ਮੀਟਿੰਗ ਕਰਨਗੇ ਜੀ ਔਰ ਫਲੈਗ ਮੀਟਿੰਗ ਕਰਕੇ ਉਹ ਜਿਹੜਾ ਮਸਲਾ ਹੈ ਉਹਨੂੰ ਉਹ ਸੁਲਝਾਉਣ ਦੀ ਕੋਸ਼ਿਸ਼ ਕਰਨਗੇ ਉਹਨਾਂ ਦੇ ਵਸਦਾ ਨਹੀਂ ਹੋਏਗਾ ਤਾਂ ਫਿਰ ਉੱਪਰ ਕੋਰ ਕਮਾਂਡਰ ਲੈਵਲ ਦੀ ਮੀਟਿੰਗ ਹੋਏਗੀ ਡਿਪਲੋਮੈਟਿਕ ਲੈਵਲ ਤੇ ਹੋਏਗੀ ਜੀ ਲੇਕਿਨ ਲੜਾਈ ਨਹੀਂ ਹੋਏਗੀ ਸੱਚ इवन ਇਹ ਡੰਡੇ ਸੋਟੇ ਵਾਲੀ ਵੀ ਲੜਾਈ ਨਹੀਂ ਹੋਏਗੀ ਅੱਛਾ ਲੈ ਕੇ ਨੇ ਡੰਡੇ ਸੋਟੇ ਲੇ ਤੇ ਗਲਵਾਨ ਚ ਇਹਨਾਂ ਨੇ ਸ਼ੁਰੂ ਕੀਤੀ ਕਿਉਂਕਿ ਗਲਵਾਨ ਚ ਬੈਡ ਇੰਟੈਂਸ਼ਨ ਨਾਲ ਆਇਆ ਸੀ ਉਹ ਰੇਨ ਨੇ ਕਬਜ਼ਾ ਵੀ 8 ਫਿੰਗਰ ਤੱਕ ਕੀਤਾ ਹੂੰ ਔਰ ਉਥੇ ਇਹਨਾਂ ਨੇ ਲੜਾਈ ਸ਼ੁਰੂ ਕੀਤੀ ਤੇ ਉਸ ਤੋਂ ਬਾਅਦ ਫਿਰ ਹਿੰਦੁਸਤਾਨ ਦੀ ਫੌਜ ਵੀ ਪੂਰੀ ਵੈਲ ਪ੍ਰੇਪੇਅਰਡ ਆ ਵੀ ਇਹ ਡੰਡੇ ਸੋਟੇ ਲੈ ਕੇ ਆਉਂਦੇ ਆਉਂਦੇ ਜੀ ਤੇ ਸਾਡੇ ਕੋਲ ਵੀ ਫਿਰ ਡਾਂਗਾ ਤਿਆਰ ਸੀ ਹੂੰ ਤੇ ਫਿਰ ਉਹਦਾ ਤਾਂ ਕੋਈ ਸਾਡੇ ਨਾਲ ਮੈਚ ਹੀ ਨਹੀਂ ਆ ਜੀ ਉਹ 4-4 ਫੁੱਟੇ ਸਾਡੇ 6-6 ਫੁੱਟੇ ਜਵਾਨ ਸਾਡੀ ਡਾਂਗ ਮਾਰ ਕੇ 4 ਬੰਦੇ ਡਿੱਗਦੇ ਨੇ ਉਹਨਾਂ ਦੇ ਡੰਡੇ ਨਾਲ ਤਾਂ ਸਾਡਾ ਬਾਲ ਵੀ ਨਹੀਂ ਮੀਂਗਾ ਹੁੰਦਾ ਹੂੰ ਤਾਂ ਕੋਈ ਉਹ ਸਾਡੇ ਨਾਲ ਮੈਚ ਥ ਤੋ ਇਹਦਾ ਸ਼ੁਗਰ ਕਰੋ ਕੋ ਫੜਕੇ ਨਹੀਂ ਲੈਣ ਦੇ ਇੱਥੇ ਜੀ ਨਹੀਂ ਤਾਂ ਇੱਥੇ ਕਨਕਾਂ ਵਟਨੀਆਂ ਪੈਂਦੀਆਂ ਹਮ ਪਰ ਇਹ ਵੀ ਸੁਣਨ ਦੇ ਵਿੱਚ ਆ ਰਿਹਾ ਕਿ ਵੀ ਜਿਹੜੀ ਚਾਈਨਾ ਦੀ ਫੌਜ ਆ ਭਾਰਤ ਨਾਲੋਂ ਜ਼ਿਆਦਾ ਆ ਠੀਕ ਹੈ ਗੱਲ ਮੈਂ ਉਹ ਜ਼ਿਆਦਾ ਕਰੂ ਕਿ ਤੁਸੀਂ 10 ਲੱਖ 22 ਲੱਖ ਲੈ ਲਓ ਬਟ ਆਰ ਆਰਮੀ ਇਜ਼ ਇਸ ਦਾ ਬੈਸਟ ਟ੍ਰੇਨਡ ਆਰਮੀ ਇਨ ਦਾ ਵਰਲਡ ਜੀ ਔਰ ਮਾਊਂਟਨਸ ਦੇ ਵਿੱਚ ਸਾਡੇ ਸਾਡੇ ਨਾਲ ਕੋਈ ਕੰਪੈਰੀਜ਼ ਨਹੀਂ ਕਿਸੇ ਦਾ ਵੀ ਚਾਈਨਿਸ ਦਾ ਵੀ ਆ ਨਹੀਂ ਜੀ ਉਹ ਵੀ ਪਰਾਂ ਪਲੇਟੋਸ ਨੇ ਮਾਊਂਟਨ ਤਾਂ ਕੀ ਆ ਕੇ ਆਂਦੇ ਨਾ ਅਸੀਂ ਤਾਂ 1962 ਤੋਂ ਲੈ ਕੇ ਸੈਚਨ ਤੱਕ ਬੈਠੇ ਆ ਹਮ ਹਾਈਐਸਟ ਬੈਟਲਫੀਲਡ ਹੈ ਵਰਲਡ ਦਾ ਔਰ ਉਸੇ ਸਾਡੀ ਆਰਮੀ ਚ ਵੀ ਕਿੰਨੇ ਤਿਆਰ ਰਹਿੰਦੀ ਲੇ ਲਦਾਖ ਸਾਡੀ ਤਿਆਰ ਰਹਿੰਦੀ ਚਸ਼ੂਲ ਚ ਸਾਡੀ ਤਿਆਰ ਰਹਿੰਦੀ ਹੈ ਇਹ ਸਾਰੇ ਜਗ੍ਹਾ ਤੇ ਅਸੀਂ ਤਾਂ ਔਰਡੀ ਟ੍ਰੇਨ ਦਾ ਉਹਨਾਂ ਨੂੰ ਤਾਂ ਚੜਨ ਲੱਗਿਆ ਸਾਭ ਨਹੀਂ ਆਉਂਦਾ ਅਸੀਂ ਤਾਂ ਉੱਥੇ ਰੋਜ਼ ਫੁੱਟਬਾਲ ਖੇਡਦੇ ਹੁੰਦੇ ਗਰਮੀਆਂ ਚ ਹਮ ਬਾਸਕਟਬਾਲ ਖੇਡਦੇ ਆ ਜੀ ਹਰ ਗੇਮਾਂ ਖੇਡਦੇ ਆ ਸ਼ਾਮ ਨੂੰ ਥੋ ਇਸ ਕਰਕੇ ਸਾਡਾ ਉਹਨਾਂ ਨਾਲ ਕੋਈ ਮੈਚ ਹੀ ਨਹੀਂ ਹੈਗਾ ਆਪਾਰਟ ਫਰਮ ਥੈਟ ਕਿ ਸਾਡੀ ਜਿਹੜੀ ਆਰਮੀ ਹੈ ਉਹ 24 ਘੰਟੇ ਪਿਛਲੇ 20 ਸਾਲਾਂ ਤੋਂ ਬੈਟਲਫੀਲਡ 'ਚ ਹੈ ਹੂੰ ਜੇ ਐਂਡ ਕੇ ਵਿੱਚ ਸਾਡਾ 4 ਲੱਖ ਟੌਪਸ ਡੇ ਐਂਡ ਨਾਈਟ ਲੜਾਈ ਲੜ ਰਿਹਾ ਜੀ ਉਹ ਫਿਰ ਹਰ 2 ਸਾਲਾਂ ਬਾਅਦ ਰਿਪਲੇਸ ਹੁੰਦਾ ਹੈ ਜੀ ਸਾਡੀ ਸਾਰੀ ਫੌਜੀ ਟ੍ਰੇਨਡ ਹੈ ਹੂੰ ਵੀ ਆਰ ਦਾ ਬੈਸਟ ਐਂਡ ਵੈਲ ਟ੍ਰੇਨਡ ਆਰਮੀ ਇਨ ਦਾ ਵਰਲਡ ਔਰ ਅੱਜ ਦੇ ਦਿਨ ਜੇ ਅਸੀਂ ਕੁੱਟ-ਕੁੱਟ ਕੇ ਤੂੰ ਕਰ ਦੇਗੇ ਇਹਨਾਂ ਦਾ ਹੂੰ ਤੁਸੀਂ ਸਿਰਫ ਨਾ ਕੇਅਰ ਆਫ ਆਰ 에ਅਰ ਫੋਰਸ ਜਿਹੜੀ ਸਾਡੀ ਵੀਕਨੈਸ ਹੈ ਟੈਕੋਰੋ ਨੇਵੀ ਐਜ਼ ਫਾਰ ਐਜ਼ ਇਨਫੈਂਟਰੀ ਐਂਡ ਆਰਮੀਜ਼ ਕਨਸਰਨ ਦੇ ਹੈਵ ਨੋ ਮੈਚ ਵਿਦ ਅਸ ਅਸੀਂ 15 ਦਿਨ ਦੇ ਵਿੱਚ ਵਿੱਚ ਤੇ ਬੁਤ ਕੈਪਚਰ ਕਰ ਦੇਵਾਂਗੇ ਤੁਸੀਂ 500 ਜਾ ਜੋਰ ਲੈ ਆਓ ਹੂੰ ਔਰ ਇਹਨਾਂ ਨੂੰ ਸਬਸਕਾਣਾ ਚਾਹੀਦਾ ਜੀ ਇਹ ਐਵੇਂ ਹੀ ਹੀਰੋ ਬਣੇ ਫਿਰਦੇ ਨੇ ਢਾਈ ਢਾਈ ਫੁੱਟੇ ਬੰਦੇ ਹੂੰ ਕੀਚ ਦੇ ਮੈਂ ਲੈਸਨ ਵਾਂਸ ਫਾਰ ਐਂਡ ਆਲ ਆਂਦੇ ਆਂਦੇ ਤਾਂ ਕੋਈ ਫਰਕ ਨਹੀਂ ਪੈਂਦਾ ਜੀ ਕੋਈ ਹਿੰਦੁਸਤਾਨੀ ਨੂੰ ਕਿਸੇ ਨੂੰ ਡਰਨ ਦੀ ਜਰੂਰਤ ਨਹੀਂ ਆਉਂਦੀ ਸਾਡੀ ਤੁਹਾਡੀ ਫੌਜ ਜਿਹੜੀ ਹੈ ਨਾ ਬਹੁਤ ਸਟਰੋਂਗ ਹੈ ਇਹਨਾਂ ਨੂੰ ਕੱਚਾਂ ਚ ਲੈ ਕੇ ਮਾਰ ਦੇਗੀ ਹੂੰ ਮੈਨੂੰ ਪਤਾ ਮੈਂ ਮੈਂ ਸੀ ਉੱਥੇ ਚਾਈਨਾ ਬਾਰਡਰ ਤੇ 1970 ਦੇ ਵਿੱਚ ਸਭ ਤੋਂ ਫਾਰਵਰਡ ਵੋਟ ਮੇਰੀ ਪਿਕਰ ਸੀਗੀ ਸ਼ੂਗਰ ਸੈਕਟਰ ਚ ਜੀ ਤੂੰ ਅਸੀਂ ਤਾਂ ਇੰਨੇ ਤਗੜੇ ਸੀ ਵੀ ਇਹਨਾਂ ਨੂੰ ਇਹਨਾਂ ਨੂੰ ਗੋਲੀ ਕੀ ਮਾਰਨੀ ਦਾ ਕੋਸਣ ਨਾਲ ਹੀ ਮਾਰ ਦਾਂਗੇ ਤੇ ਹੁਣ ਵੀ ਆਰਮੀ ਸਾਡੀ ਸੇਮ ਹੈ ਅੱਛਾ ਸਰ ਸਵਾਲ ਇਹ ਵੀ ਉੱਤੇ ਪਏ ਨੇ ਕਿ ਚਾਈਨਾ ਦੇ ਵੱਲੋਂ ਜਿਹੜੀਆਂ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਨੇ ਉਹਦੇ ਦੋ ਮਕਸਦ ਵੀ ਹੋ ਸਕਦੇ ਨੇ ਇੱਕ ਤਾਂ ਇਹ ਆ ਕਿ ਵੀ ਜਿਹੜੀ ਚੁਣੌਤੀ ਹੈ ਸੁਰੱਖਿਆ ਚੁਣੌਤੀ ਭਾਰਤ ਸਰਕਾਰ ਦੇ ਲਈ ਵਿਧਾਈ ਜਾਵੇ ਬਾਰਡਰ ਤੇ ਤੇ ਦੂਜੀ ਜਿਹੜੀ ਹੈਗੀ ਹੈ ਖਰਚਾ ਜਿਹੜਾ ਬਾਰਡਰ ਤੇ ਪੈਂਦਾ ਉਹ ਭਾਰਤ ਸਰਕਾਰ ਦੇ ਲਈ ਵਧਾਇਆ ਜਾਵੇ ਇਸੇ ਕਰਕੇ ਇਹ ਜਿਹੜੀਆਂ ਗਤੀਵਿਧੀਆਂ ਚైనా ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਇਹ ਠੀਕ ਹੈ ਗੱਲ ਇਹ ਬਿਲਕੁਲ ਗਲਤ ਹੈ ਕੋਈ ਐਸੀ ਗੱਲ ਹੀ ਨਹੀਂ ਹੈਗੀ ਕਿਉਂਕਿ ਜਿਹੜਾ ਲਦਾਖ ਬਾਰਡਰ ਹੈ ਇਸ ਇਸ ਲਦਾਖ ਹੈ ਈਸਟਰਨ ਬਾਰਡਰ ਹੈ ਉੱਥੇ ਤਾਂ ਵੀ ਆਰ 100% ਡੁਪਲਾਈਡ ਗਲਵਾਨ ਤੋਂ ਲੈ ਕੇ ਅੱਜ ਤੱਕ 2 ਸਾਲ ਤੋਂ ਫੁੱਲੀ ਡੁਪਲਾਈਡ ਆ ਸੀ ਜੀ ਉੱਥੇ ਤਾਂ ਵਿੰਟਰ ਦੇ ਸਰਦੀਆਂ ਚ ਵੀ ਤੇ ਗਰਮੀਆਂ ਚ ਵੀ ਅਸੀਂ ਪਲਾਨ ਆ ਕੋਈ ਖਰਚੇ ਖੁਰਚੇ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਜਿੱਥੋਂ ਤੱਕ ਅਰੁਣਾਚਲ ਦਾ ਸਵਾਲ ਹੈ ਉੱਥੇ ਤਾਂ ਸਾਡੀ ਘਟੋ ਘਟੇ ਇੱਕ ਕੋਰ ਬੈਠੀ ਹੋਈ ਹੈ ਹਮ ਔਰ ਹੁਣ ਤਾਂ ਸਾਨੂੰ ਇਹ ਵੀ ਪਤਾ ਸੀ ਐਡਵਾਂਸ ਇਨਫਰਮੇਸ਼ਨ ਸਾਡੇ ਕੋਲੇ ਜੀ ਹੁਣ ਤਾਂ ਅਸੀਂ ਆਲਰੇਡੀ ਐਡਵਾਂਸ ਟ੍ਰੂਪਸ ਕਰ ਬੈਠੇ ਹੋਏ ਆ ਜੀ ਉਹ ਸਾਨੂੰ ਦੇਖੋ ਫੌਜ ਦਾ ਖਰਚਾ ਕਿ ਹੁੰਦਾ ਰੋਟੀ ਤੁਸੀਂ ਇੱਥੇ ਵੀ ਖਾਣੀ ਹੈ 20 ਕਿਲੋਮੀਟਰ ਦੂਰ ਵੀ ਖਾਣੀ ਹੈ ਬਿਲਕੁਲ ਖਰਚੇ ਖਰਚੇ ਦਾ ਕੋਈ ਚੱਕਰ ਨਹੀਂ ਹੈ ਸਵਾਲ ਇਹ ਹੈ ਕਿ ਉਹਨਾਂ ਦੀ ਇੰਟਰਨਲ ਡਿਸਰਬੈਂਸ ਐਨੀ ਕੋ ਚਾਈਨਾ ਦੀ ਹੋ ਚੁੱਕੀ ਹੈ ਇਹਨਾਂ ਕੋ ਕਿਉਂਸ ਹੈ ਚਾਈਨਾ ਦੇ ਵਿੱਚ ਉਹ ਆਪਦੀ ਪਬਲਿਕ ਦੀ ਅਟੈਨਸ਼ਨ ਜਿਹੜੀ ਹੈ ਡਿਵਰਟ ਕਰਨ ਵਾਸਤੇ ਹੂੰ ਤੋ ਆਨ ਨਾਲ ਪੰਗਾ ਲੈ ਨਹੀਂ ਸਕੇ ਅਮਰੀਕਾ ਖੜਾ ਸਾਡੇ ਨਾਲ ਪੰਗਾ ਲੈਣ ਨੂੰ ਤਿਆਰ ਨੇ ਹੂੰ ਤੋ ਲੈ ਲੈਂਦੇ ਹੋ ਜੀ ਵਾਂਸ ਐਨ ਵਾਂਸ ਫਾਰ ਆਲ ਇਸ ਮਾਮਲਾ ਕਿ ਨੇਪਟਿਜ਼ਾਂ ਦੇ ਉਹ ਇਹਨਾਂ ਕੋਈ ਜਦੋਂ ਮਰਜ਼ੀ ਆਉਂਦੇ ਨੇ 40 ਕਿਲੋਮੀਟਰਾਂ ਦਾ ਚੱਲਦੇ ਆਂ ਫਿਰ ਨੇ ਚਾਈਨਾ ਭਾਈ ਚਾਈਨਾ ਭਾਈ ਚਾਈਨਾ ਕੇ ਬੈਠੇ ਇੱਕ ਵਾਰੀ ਲੈ ਲੈਣ ਦੇ ਪੰਗਾ ਹੂੰ ਵੋਯਾਂ ਦੇ ਕੁਰੀ ਕੰਮ ਦੇਖ ਲੋ ਕਿ ਸਾਡੀ ਫੌਜ ਕੋਈ ਨਹੀਂ ਮਾਰੀ ਥੋੜੀ ਹੈ ਅਸੀਂ ਹੋ ਸਕਦਾ ਇਹਨਾਂ ਦੇ ਖੋਜੀ ਅਸੀਂ ਇਹਨਾਂ ਦਾ ਜਿਹੜਾ ਉੱਤੇ ਪਲੇਟੋ ਹੀ ਨਾ ਖੋਜੀਏ ਨਾ ਤੋਂ ਸਾਨੂੰ ਤਾਂ ਸਿਰਫ ਦੇਸ਼ ਦੀ ਸਪੋਰਟ ਚਾਹੀਦੀ ਸਪੋਰਟ ਇਹ ਚਾਹੀਦੀ ਹੈ ਪ੍ਰੋਵਾਈਡ ਅਸ ਦਾ ਏਅਰਕ੍ਰਾਫਟਸ ਜੀ ਜਿਹੜੇ ਸਾਡੇ ਕੋਲ 1971 ਤੇ 850 ਸੀਗੇ ਅੱਜ ਸਾਡੇ ਕੋਲ 450 500 ਆ 300 ਘਟਾ ਖਰੀਦੋ ਹੂੰ ਫੰਡ ਇਕੱਠਾ ਕਰੋ ਪਬਲਿਕ ਤੋਂ ਫੰਡ ਇਕੱਠਾ ਕਰੋ ਹਮਮ ਔਰ ਸਾਨੂੰ ਜਹਾਜ਼ ਖਰੀਦ ਦਿਓ ਸਾਡੀ ਨੇਵੀ ਸਟਰੋਂਗ ਕਰ ਦਿਓ ਆਰਮੀ ਦੇ ਸਾਹਮਣੇ 10 ਘੰਟੇ ਨਹੀਂ ਖੜੇ ਹੋ ਸਕਦੇ ਦੇਖ ਲੈਣ ਜਦੋਂ ਮਰਜੀ ਦੇਖ ਲੈਣ ਉਹ 62 ਦਾ ਟਾਈਮ ਨਹੀਂ ਹੈਗਾ ਉਹ ਦਿਨ ਗਏ ਇਹ ਠੀਕ ਹੈ ਜਦੋਂ ਲੜਾਈ ਹੋਏ ਕਿ ਦੇਖੋ ਲੜਾਈਆਂ ਦੇ ਅਸਰ ਤਾਂ ਮਾਰੇ ਹੁੰਦੇ ਆ ਜੀ ਇਕਨੋਮੀ ਤੇ ਵੀ ਪੈਂਦਾ ਹਮ ਹਰ ਚੀਜ਼ ਤੇ ਪੈਂਦਾ ਤਾਂ ਫਿਰ ਉਹਨਾਂ ਵਾਸਤੇ ਤਾਂ ਨਹੀਂ ਹੈ ਜਿਹੋ 24 ਘੰਟੇ ਪੰਗੇ ਲੈਣ ਨੂੰ ਤਿਆਰ ਨੇ ਜਦੋਂ ਮਰਜੀ ਅੰਦਰ ਆਨਵਰਡ ਦੇਣ ਉਹਨਾਂ ਨੂੰ ਇੱਕ ਵਾਰ ਸਬਕ ਤਾਂ ਸਿਖਾਉਣਾ ਚਾਹੀਦਾ ਹਮ ਕਿ ਹੁਣ ਆਓਗੇ ਤੇ ਦੇਖ ਲਿਓ ਫਿਰ ਤੋ ਜਾਂ ਪਰ ਟ੍ਰੀਟੀਆਂ ਟੁੱਟੀਆਂ ਖਤਮ ਕਰਦੇ ਹੋ ਤਾਂ ਜਾਂ ਪਰ ਟ੍ਰੀਟੀਆਂ ਲੱਗੇ ਰੋ ਇਹਦਾ ਗਵਰਨਮੈਂਟ ਨੂੰ ਡਿਸੀਜ ਲੈਣਾ ਪਏਗਾ ਸਟਰੋਂਗ ਡਿਸੀਜ ਜਿਵੇਂ ਪਾਰਲੀਮੈਂਟ ਚ ਬੈਠੇ ਨੇ ਵੀ ਹੈਵ ਅ ਗੁੱਡ ਡਿਫੈਂਸ ਮਿਨਿਸਟਰ ਜੀ ਵੀ ਹੈਵ ਅ ਗੁੱਡ ਚੀਫ ਆਫ ਆਰਮੀ ਸਟਾਫ ਜੀ ਵੀ ਹੈਵ ਦਾ ਸਟਰੋਂਗੇਸ ਆਰਮੀ ਜੀ ਐਂਡ ਵੀ ਗਾਟ ਨਥਿੰਗ ਟੂ ਵਰੀ ਜੇ ਦੇਖਿਆ ਜਾਵੇ ਜਿਹੜਾ ਚੀਨ ਆ ਉਹਨੇ ਜੇ ਸਾਡੇ ਵਪਾਰ ਦੀ ਗੱਲ ਕਰੀਏ ਭਾਰਤੀ ਵਪਾਰ ਤੇ ਵੀ ਕਾਫੀ ਕਬਜ਼ਾ ਕਰ ਲਿਆ ਹੁਣ ਇਹਨਾਂ ਚੀਜ਼ਾਂ ਨੂੰ ਲੈ ਕੇ ਸਰਹੱਦਾਂ ਤੇ ਵੀ ਉਹਦੇ ਵੱਲੋਂ ਇਸ ਤਰ੍ਹਾਂ ਦੀ ਕੋਸਪੈਟ ਕੀਤੀ ਜਾ ਰਹੀ ਆ ਇਹ ਸਾਰਿਆਂ ਨੂੰ ਮਿਲਾ ਕੇ ਆਪਾਂ ਕੀ ਸਮਝੀਏ ਅਸਲ ਦੇ ਵਿੱਚ ਮਨਸੂਬਾ ਕੀ ਹੋਇਆ ਚੀਨ ਦਾ ਮਨਸੂਬਾ ਮੈਂ ਤੁਹਾਨੂੰ ਤਾਂ ਪਹਿਲਾਂ ਹੀ ਦੱਸਿਆ ਨਾ ਕਿ ਇੰਟਰਨਲ ਐਨੀ ਪ੍ਰੋਬਲਮ ਆ ਚੁੱਕੀ ਹੈ ਸ਼ੀ ਜਿੰਪਿੰਗ ਦੇ ਖਿਲਾਫ ਪੀਪਲ ਡੋਨਟ ਵਾਂਟ ਹਿਮ ਵਾਏ ਇਹ ਪਹਿਲਾਂ ਤਾਂ ਦੇਖੋ ਆਪਦੀ ਇਲੈਕਸ਼ਨ ਤੋਂ ਪਹਿਲਾਂ ਤਾਂ ਕਵਾਇਦ ਦੇ ਪਿੱਛੇ ਲੱਗਿਆ ਰਿਹਾ ਉਕੇ ਕਿਹੜੀ ਜਗ੍ਹਾ ਉਹ ਆਪਣਾ ਜਿਸੇ ਇਹਨਾਂ ਦਾ ਪੰਗਾ ਚੱਲ ਰਿਹਾ ਉਹਦੇ ਨਾਲ ਤਾਈਵਾਨ ਨਾਲ ਜੀ ਤਾਈਵਾਨ 6 ਮਹੀਨੇ ਤੋਂ ਉੱਥੇ ਰੋਜ਼ ਐਕਸਰਸਾਈਜ਼ਾਂ ਲੋਜ ਬਲਾਕੇਡ ਰੋਜ਼ ਫਾਇਰਿੰਗ ਯੂ ਦਿਸ ਉੱਥੇ ਇਹਨਾਂ ਦੀ ਹਿੰਮਤ ਨਹੀਂ ਭਈ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਚਾਈਨਾ ਤੁਹਾਡੇ ਨਾਲ ਕਦੀ ਵੀ ਲੜ ਸਕਦਾ ਹਮ ਇੰਟਰਨਲ ਉਹਨੂੰ ਪਤਾ ਜੀ ਕਿ ਲੜਾਈ ਦੋਨਾਂ ਵਾਸਤੇ ਇੱਕ ਬਰਾਬਰ ਹੈ ਤੇ ਇੰਨਾ ਸੌਖਾ ਤੇ ਚైనా ਵਾਸਤੇ ਵੀ ਨਹੀਂ ਹੈਗਾ ਕਿ ਤੁਹਾਡੇ ਨਾਲ ਪੰਗਾ ਲੈ ਲੇ। ਜੀ। ਤੂੰ ਸਿਰਫ ਦਬਕਾ ਮਾਰਦਾ ਸੀ ਦਬਕਾ ਚਲੀ ਜਾਂਦੇ ਉਹ ਦਬਕਾ ਮਾਰੀ ਜਾਂਦਾ ਸੀ ਚਲੀ ਜਾਂਦੇ। ਜੀ। ਹਾਉ ਲੌਂਗ? ਹੂੰ। ਸਾਡੀ ਆਰਮਡ ਫੋਰਸਿਸ ਦੇ ਆਰ ਸਵੇਟਿੰਗ ਇਟ ਆਊਟ ਦੇ ਆਂ ਤਾਂ ਦਿਓ ਨਾ ਇੱਕ ਵਾਰਾ। ਹੂੰ। ਇੱਕ ਵਾਰਾ ਇਹਨਾਂ ਨੂੰ ਆਂ ਤਾਂ ਦਿਓ। ਹੂੰ। ਤੂੰ ਦੇਖ ਲੈਂਦੇ ਇੱਕ ਰੀ ਤਮਾਸ਼ਾ ਜਿਹਾ ਚైనా ਇੰਨਾ ਹੀ ਸ਼ੁਕੀਨ ਹੈ ਲੜਨ ਦਾ ਲੜ ਲਵੇ। ਹੂੰ। ਸਾਨੂੰ ਕੋਈ ਪਰਵਾਹ ਨਹੀਂ ਆਗੀ। ਹੂੰ। ਉਰ ਜੀ ਉਹ ਮਾਰੇ ਨੇ ਮਾਰੇ ਨਹੀਂ ਹੈਗੇ 13 9 ਓਵਰ ਕਰ ਜਾਣਗੇ ਤੇ ਇਹ ਕਰ ਦੇਣਗੇ ਤੇ ਉਹ ਕਰ ਲੈਣਗੇ ਸਵਾਲ ਹੀ ਨਹੀਂ ਪੈਦਾ ਹੁੰਦਾ ਉਹ ਦੋਸ ਡੇਜ਼ ਹੈਵ ਗੋਨ ਜੇ ਆਪਾਂ ਗੱਲ ਕਰੀਏ ਚਾਈਨਾ ਦੇ ਕੋਲੇ ਜਿਹੜੀ ਹਥਿਆਰ ਹੈਗੇ ਨੇ ਉਹ ਸਾਡੇ ਨਾਲੋਂ ਚੰਗੇ ਨੇ ਦੇਖੋ ਜੀ ਹੁਣ ਗਲਵਾਨ ਤੋਂ ਬਾਅਦ ਜੀ ਤੁਸੀਂ ਇੰਨਾ ਕੋ ਅਸੀਂ ਸੁੱਤੇ ਪਏ ਸੀ ਇੰਨਾ ਕੋ ਹਥਿਆਰ ਆ ਗਿਆ ਸਾਡੇ ਕੋਲੇ ਇੰਨੇ ਕੋ ਸਾਡੇ ਕੋਲ ਹਥਿਆਰ ਖਰੀਦੇ ਗਏ ਨੇ ਔਰ ਡਾਇਰੈਕਟ ਪਾਵਰਾਂ ਦਿੱਤੀਆਂਗੇ ਇਹਨਾਂ ਆਰਮੀ ਨੂੰ ਕਿ 200 ਕਰੋੜ ਤੱਕ ਤੁਸੀਂ ਡਾਇਰੈਕਟ ਪਹਿਲਾਂ ਤਾਂ 200 ਕਰੋੜ ਦੀ ਸੈਂਕਸ਼ਨ ਨਾਲ ਤੇ 10-10 ਸਾਲ ਲੱਗਦੇ ਸੀ ਜੀ ਹੁਣ ਤਾਂ ਕਮਾਂਡਰਾਂ ਨੂੰ ਸੈਂਕਸ਼ਨਾਂ ਦੇ ਦਿੱਤੀਆਂ ਗਈਆਂ ਵਾਟਐਵਰ ਵੀ ਵਾਂਟ ਟੂ ਬਾਏ ਬਾਏ ਤੇ ਅਸੀਂ ਲੇਟੈਸਟ ਸਾਡੇ ਕੋਲ ਰਾਈਫਲ ਆ ਚੁੱਕੀਆਂ 8-9 ਲੱਖ ਸਾਡੇ ਕੋਲ ਰਾਈਫਲ ਆ ਚੁੱਕੀ ਹੈ ਸਾਡੇ 5-6 ਲੱਖ ਫੌਜ ਦੇ ਨਾਲ ਡਿਪਲੋਏਡ ਹੈ ਸਭ ਕੋਲੇ ਲੇਟੈਸਟ ਸਾਡੀਆਂ ਵੈਪਨਸ ਨੇ ਲੇਟੈਸ ਰਾਈਫਲਾਂ ਨੇ ਹਰ ਚੀਜ਼ ਜੋ ਸਾਨੂੰ ਚਾਹੀਦੀ ਹੈ ਨਾ ਉਹ ਸਾਡੇ ਕੋਲ ਆਲਰੇਡੀ ਪਹੁੰਚ ਚੁੱਕੀ ਹੋਈ ਹੈ ਅਸੀਂ ਨਾ ਨਹੀਂ ਲੈਣਾ ਸਾਡੇ ਕੋਲ ਕੀ ਪਹੁੰਚਿਆ ਦੇ ਨਹੀਂ ਕੋਈ ਕੋਈ ਸਾਰੀ ਦੁਨੀਆ ਨੂੰ ਪਤਾ ਹੈ ਜੀ ਸਾਡੇ ਕੋਲ ਵੀ ਜੋ ਉਹਨਾਂ ਕੋਲ ਪਿਆਰ ਹੈ ਨਾ ਤਿਆਰ ਸਾਡੇ ਕੋਲ ਵੀ ਸਭ ਕੁਝ ਪਿੱਛੇ ਤਿਆਰ ਪਿਆ ਜੀ ਤੇ ਹੁਣ ਵੀ ਗਾਟ ਨਥਿੰਗ ਟੂ ਵਰੀ ਹਮਮ ਔਰ ਜਦੋਂ ਵੀ ਇਹਨਾਂ ਨੇ ਲੜਨਾ ਲੜ ਕੇ ਦੇਖ ਲੈਣਾ ਇੱਕ ਵਾਰੀ ਹਮ ਮੈਂ ਜਦੋਂ ਵੀ ਸਾਡੀ ਅਫਸਰਾਂ ਨਾਲ ਗੱਲ ਹੁੰਦੀ ਜਿਹੜੇ ਸਰਵਿੰਗ ਅਫਸਰ ਨੇ ਸਾਡੇ ਪਲਟਨ ਦੇ ਉਹਨਾਂ ਨਾਲ ਗੱਲ ਹੁੰਦੀ ਹੈ ਕਹਿੰਦਾ ਸਰ ਗੋਦੀਆਂ ਚੱਕ ਚੱਕ ਕੇ ਲੈ ਆਵਾਂਗੇ ਕਹਿੰਦਾ ਕਿ ਨਹੀਂ ਪੰਗਾ ਤਾਂ ਲੈ ਕੇ ਦੇਖਣਾਂ ਅਚੈ ਨੂੰ ਵਾਈਂਡ ਅਪ ਕਰਨ ਦੀ ਕੀ ਗੱਲ ਹੁੰਦੀ ਹੈ ਕੀ ਹੁੰਦੀ ਆ ਪ੍ਰੋਸੀਜਰ ਕੀ ਹੁੰਦਾ ਜਦੋਂ ਇੱਕ ਦੇਸ਼ ਦੂਜੇ ਦੇਸ਼ ਦੇ ਨਾਲ ਇਸ ਤਰ੍ਹਾਂ ਦੇ ਤਣਾਪੂਰਨ ਮਾਹੌਲ ਦੇ ਵਿੱਚ ਆਉਂਦਾ ਦੋਨਾਂ ਦੇਸ਼ਾਂ ਦੇ ਜਿਹੜੇ ਕਮਾਂਡਰ ਨੇ ਉਹ ਕਿਸ ਤਰ੍ਹਾਂ ਦੀ ਕਾਰਵਾਈ ਕਰਦੇ ਨੇ ਕੋਈ ਲਿਖਤੀ ਭੇਜਦੇ ਨੇ ਜਾਂ ਕੀ ਕਰਦੇ ਨੇ ਕਨਫਿਡੈਂਸ਼ੀਅਲ ਮੀਜਰਸ ਹੁੰਦਾ ਜੀ ਵਾਇਰਲੈਸ ਤੇ ਕੰਟੈਕਟ ਕਰਦੇ ਨੇ ਝੰਡੇ ਲੈ ਕੇ ਫਲੈਗ ਮੀਟਿੰਗ ਹੁੰਦੀ ਹੈ ਹਾਂਜੀ ਫਲੈਗ ਮੀਟਿੰਗ ਤੇ ਉਹ ਸਾਰਾ ਡਿਸਕਸ ਕਰਦੇ ਨੇ ਵੀ ਆਪਾਂ ਨੂੰ ਅੱਗੇ ਤੋਂ ਨਹੀਂ ਕਰਨਾ ਚਾਹੀਦਾ ਜਾਂ ਕੀ ਹੋਇਆ ਕੀ ਨਹੀਂ ਹੋਇਆ ਜੀ ਜੇ ਕੋਈ ਬੰਦੇ ਫੜੇ ਫੂੜੇ ਲੇਖੋ ਜਿਹੜੇ ਛੱਡ ਦਿੰਦੇ ਨੇ ਤੇ ਉਸ ਤੋਂ ਬਾਅਦ ਫਿਰ ਉਹ ਆਪਣਾ ਤੈਅ ਕਰ ਲੈਂਦੇ ਨੇ ਕਿ ਅੱਗੇ ਤੋਂ ਆਪਾਂ ਜੇ ਕੋਈ ਐਫਐਸਆਈ ਇਨਸੀਡੈਂਟ ਹੁੰਦਾ ਤੇ ਦਿਸ ਇਜ਼ ਹਾਊ ਵੀ ਸ਼ੁਡ ਗੋ ਅਬਾਊਟ ਇਟ ਹਾਂ ਆਪਾਂ ਨੂੰ ਨਿਪਟਣਾ ਚਾਹੀਦਾ ਜੀ ਤੇ ਜੇ ਉਹ ਲੋਕਲ ਲੈਵਲ ਤੇ ਨਹੀਂ ਨਿਪਟਦੇ ਉੱਥੇ ਹੁਣ ਕਿੰਨੇ ਲੈਵਲ ਟਾਕ ਹੋਈ ਇੱਕ ਹੋਰ ਕਮਾਂਡਰ ਲੈਵਲ ਟਾਕ ਹੋਈ ਤੇ ਫਿਰ ਬ੍ਰੇਕਥਰੂ ਆਇਆ ਗਲਵਾਨ ਤੇ ਹਾਂ ਕਿਉਂ ਹੋਇਆ ਕਿ ਆਪਾਂ ਵਿੱਚ ਛੂਲਦੀਆਂ ਪਹਾੜੀਆਂ ਕਪਚਾ ਕਰਕੇ ਬਹਿ ਗਏ ਸੀ ਅੱਗੇ ਜਿਹੜੇ ਇਹਨਾਂ ਦੇ ਬੈਠੇ ਸੀ ਉਹਨਾਂ ਨੂੰ ਰੋਟੀ ਪਾਣੀ ਆਉਣਾ ਔਖਾ ਹੋ ਗਿਆ ਸੀ ਜੀ ਅੰ ਪਰ ਸਾਡੀ ਉਥੇ ਜਿਹੜੀ ਲਦਾਖ ਸਕਾਉਟ ਸੀ ਉਹਨਾਂ ਨੇ ਕੁੱਟ-ਕੁੱਟ ਕੇ ਇਹਨਾਂ ਦਾ ਤੂੰ ਹੀ ਘਟਦੇ ਸੀ ਜੀ ਸੱਚੀ ਮੁੱੱਚੀ ਫਿਜ਼ਿਕਲੀ ਕੁੱਟ-ਕੁੱਟ ਕੇ ਭਜਾਇਆ ਇਹਨਾਂ ਨੂੰ ਕਿਉਂਕਿ ਉਹ ਲਦਾਖੀ ਬੜੇ ਤਗੜੇ ਨੇ ਸਕਾਉਟ ਸਾਡੇ ਹੂੰ ਇਹ ਮਾਰੇ ਨੇ ਹੂੰ ਤੇ ਉਥੇ ਇਹਨਾਂ ਨੇ ਫਿਰ ਇਹੀ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਬੜਾ ਕਟਿਆ ਨਾਲ ਹੂੰ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਵਾਪਸ ਉਥੋਂ ਮੁੜਨਾ ਪਿਆ ਛੱਡਣੀਆਂ ਪਈਆਂ ਆਪ ਦਾ ਸਾਡਾ ਰਸਤਾ ਸਾਡੇ ਤੋਂ ਖਲੋਣਾ ਪਿਆ ਜੀ ਤੇ ਹੁਣ ਇਹ ਇਧਰ ਪਤਾ ਨਹੀਂ ਕਿਉਂ ਪੰਗਾ ਲੈ ਰਹੇ ਨੇ ਟੈਨਸ਼ਨ ਵਧਾਉਣ ਵਾਸਤੇ ਲੈ ਰਹੇ ਨੇ ਜੀ ਤੇ ਲੈ ਲੈਣ ਇੱਥੇ ਵੀ ਕੋਟਾ ਹੀ ਪਈ ਆ ਨਾ ਫਿਰ ਜੀ ਇਹ ਤੇ ਵੀ ਉਹ ਨਹੀਂ ਕੁੱਟ ਪਈ ਜਿਵੇਂ ਉੱਥੇ ਪਈ ਸੀ ਇਹਨਾਂ ਨੂੰ ਤੇ ਹੁਣ ਇਹਨਾਂ ਨੂੰ ਦੁਬਾਰਾ ਪਤਾ ਲੱਗ ਜਾਊਗਾ 300 ਦੇ 300 ਕੁੱਟ ਕਾ ਕੇ ਗਏ ਨਾ ਜੀ ਤੇ ਹੁਣ ਦੁਬਾਰਾ ਪੰਗਾ ਲੈਣਗੇ ਤੇ ਫਿਰ ਦੇਖ ਲੈਣ ਲੇਕਿਨ ਅਸੀਂ ਉੱਥੇ ਬਿਲਟ ਅਪ ਹੋ ਰਿਹਾ ਸਾਡਾ ਦਿਨ ਰਾਤ ਉੱਥੇ ਹੁਣ ਫੌਜ ਵਧਾਈ ਜਾ ਰਹੀ ਹੈ ਜੀ ਤੇ ਦਿਨ ਰਾਤ ਸਾਡੇ ਥੋਪਕਾ ਨੇ ਵੀ ਜਾ ਰਹੇ ਨੇ ਸਾਡੇ ਟੈਂਕ ਵੀ ਜਾ ਰਹੇ ਨੇ ਅਸੀਂ ਲਾਈਟ ਟੈਂਕਸ ਵੀ ਲੈ ਲਏ ਸਾਡੇ ਕੋਲ S400 ਵੀ ਹੈਗੀਆਂ ਅੱਜ ਤਾਂ ਬਲਕਿ ਸਾਡੀ 에ਅਰ ਫੋਰਸ ਦੀ ਐਕਸਰਸਾਈਜ਼ ਚੱਲ ਰਹੀ ਉੱਥੇ ਜੀ ਤਵਾਂਗ ਏਰੀਆ ਚ ਸਾਡੀ ਇੰਡੀਅਨ 에ਅਰ ਫੋਰਸ ਐਕਸਰਸਾਈਜ਼ ਕਰ ਰਹੀ ਹੈ ਅੱਜ ਤੇ ਕੱਲ 2 ਦਿਨ ਕਰਨੀ ਉਹਨਾਂ ਨੇ ਟੂ ਸ਼ੋ ਆਫ ਸਟਰੈਂਥ ਕਿ ਕਿਤੇ ਗਲਤ ਲਿਖਿਆ ਜਾਂਦਾ ਜਾਂ ਐਸੀ ਖੜੇ ਜੇ ਇੱਥੇ ਤੇ ਉਹਨ 20 ਤੇ 21 ਨੂੰ ਉਥੇ ਐਕਸਰਸਾਈਜ਼ ਹੈ ਜੇ ਗਰਾਉਂਡ ਗਰਾਉਂਡ ਟ੍ਰੋਪਸ ਵੀ ਉਥੇ ਸਾਡੇ ਲੈਕਸ ਦੇ ਵਿੱਚ ਉਥੇ ਮਾਊਂਟਨ ਸਾਡੀਆਂ ਕੋਰਸ ਜਿਹੜੀਆਂ ਨੇ ਹਾਜ਼ਰ ਨੇ ਜੀ ਕੋਈ ਸਾਨੂੰ ਡਰਨ ਦੀ ਕਿਸੇ ਕਿਸਮ ਦੀ ਜਰੂਰਤ ਨਹੀਂ ਹੈ ਬਿਲਕੁਲ ਸੋ ਗੱਲਬਾਤ ਹੋਈ ਹੈ ਸਾਬਕਾ ਕੈਪਟਨ ਚੰਨਣ ਸਿੰਘ ਸਿੱਧੂ ਹੁਰਾ ਦੇ ਨਾਲ ਜਿਨ੍ਹਾਂ ਨੇ ਹਰ ਗੱਲ ਤੇ ਆਪਣਾ ਪੱਖ ਰੱਖਿਆ ਕਿ ਕੀ ਮਨਸੂਬਾ ਹੋ ਸਕਦਾ ਹੈ ਚਾਈਨਾ ਦਾ ਇਸ ਕੁਸਪੈਟ ਨੂੰ ਲੈ ਕੇ ਤੇ ਨਾਲ ਹੀ ਉਹਨਾਂ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਹੈ ਕਿ ਭਾਰਤੀ ਫੌਜ ਤਿਆਰ ਬਰ ਤਿਆਰ ਹੈ ਭਾਵੇਂ ਉਹ ਦੁਬਾਰਾ ਫਿਰ ਤੋਂ ਭਾਰਤ ਦੇ ਵਿੱਚ ਕੁਸਨ ਦੀ ਕੋਸ਼ਿਸ਼ ਕਰਨ ਤਾਂ ਫਿਰ ਉਸੇ ਤਰ੍ਹਾਂ ਉਹਨਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਇੱਕ ਸਾਬਕਾ ਫੌਜੀ ਅਫਸਰ ਇਸ ਗੱਲ ਦਾ ਜ਼ਿਕਰ ਕਰਦਾ ਪਿਆ ਕਿ ਅਸੀਂ ਤਿਆਰ ਬਰ ਤਿਆਰ ਬੈਠੇ ਤੇ ਜਿਹੜੇ ਬਾਰਡਰਾਂ ਤੇ ਬੈਠੇ ਨੇ ਫੌਜੀ ਉਹਨਾਂ ਦੇ ਦਿਲਾਂ ਦੇ ਵਿੱਚ ਕਿਹੋ ਜਿਹੇ ਜਜ਼ਬੇ ਹੋਣਗੇ ਇਸ ਗੱਲ ਦਾ ਅੰਦਾਜ਼ਾ ਤੁਸੀਂ ਇਸੇ ਚੀਜ਼ ਤੋਂ ਲਗਾ ਸਕਦੇ ਹੋ ਚੰਡੀਗੜ੍ਹ ਤੋਂ ਕੈਮਰਾਮੈਨ ਹਰਜਿੰਦਰ ਸਿੰਘ ਦੇ ਨਾਲ ਕੁਲਵਿੰਦਰ ਸਿੰਘ ਦੀ ਰਿਪੋਰਟ ਧੰਨਵਾਦ